मेरे चाले का रगड़िया गया मैं तो जमे फिर की है यार मेरा चाला गरीब बंदा है मैं है कहता वेख कैले दी सुनी लाए भी ते बटे ओली मेरा चाला बंदा करे की ना करे मेरा चाला कोई जोड़ता ते चाचा से उन्हें जाके सारी हिस्ट्री दसूँ मैं चाचा से भी रोन लग जूगा और भी तेरे ना है का तो मैं कह लिया ठीक है और दिवाली किमें नंगी ना तू टिंडियां ले लिया दिवाली तो दिवाली किमें नंगी है दिवाली तो बुढ़ी दी देखी भाई भाई के निकल जो मेरे साले टिचरा करते हैं आए नहीं भी बंदे नु अफसोस हो रहा है अफसोस की गल करिए उत्ते मेरे साले कहंदे दिवाली किमें नंगी दिवाली किमें नंगी मेरा गरीब का दिवाला निकल गया मेरा चाला यह वे मेरे साले उत्तों टिचरा करते है शर्म नहीं हो जाया फिर यह वे चाचा से दसदा सारी गल चाचा चो चाचा बेटा चाचा चो जो चाचा से सुनाई ना मैं स्टोरी सारी चाचा चो भुब्बा मार मार लू भी मेरे पुत ने योजी गल होगी चाचा जी चाचा से सारी गल मैं समझा दू चाचा से जमा टेंशन दे दूंगा चाचा जी चाचा आ करिए मेरे चाचा से वाली फॉर्च्यूनर मेरे छोरी लेके जावांगे तेनू चंगा चाचा से उन्हें मना लूंगा मैं फिर आप चलेंगे आप दोनों चलेंगे चाचा 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 सत श्रीकाल मत्था टेक सत श्रीकाल की हो गया बड़े दिनों दे दिन रुंदा होना ओ चाचा गल एक होवे तो दसा मैं तो चाचा रगड़िया गया मैं तो मंजया गया चाचा मेरा चाचा ਹੋਇਆ ਕੀ ਆ ਦੱਸ ਦੇ ਉਹੀ ਬੂਕ ਦਾ ਤੁਰਿਆ ਹੋਣਾ ਅੱਜ ਕੱਲ ਦਾ ਦਿਵਾਲੀ ਨੰਕ ਗਿਆ ਅੱਜ ਰੋਂਦਾ ਤੁਰਿਆ ਹੋਣਾ ਚਾਚਾ ਇੱਕ ਗੱਲ ਤਾਂ ਹੋਵੇ ਦੱਸਾਂ ਤੂੰ ਮੈਂ 10000 ਰੁਪਇਆ ਦਿੱਤਾ ਸੀ ਤੂੰ ਇੱਕ ਮਿੰਟ ਮੈਂ ਕੁਰਸੀ ਲਿਆ ਕੇ ਗੱਲ ਦੱਸਦਾ ਤੈਨੂੰ ਸਾਰੀ ਠੀਕ ਹੈ ਨਾ ਵਸਤਿਆਰ ਪੂਰਵਕ ਚਾਚਾ ਤੂੰ ਮੈਨੂੰ 10000 ਰੁਪਇਆ ਦਿੱਤਾ ਦੱਸ ਦਿੱਤਾ ਸੀਗਾ ਤੈਨੂੰ ਦਿਵਾਲੀ ਦੇਖਣ ਨੂੰ ਤੂੰ ਹਟਿਆ ਨਹੀਂ ਮੈਂ ਦਿਵਾਲੀ ਦੇਖਣੀ ਆ ਮੈਂ ਆ ਲਿਆਉਣਾ ਚਾਚਾ ਮੇਰੀ ਗੱਲ ਸੁਣ ਮੈਂ ਚਾਚਾ ਪਤਾ ਕੀ ਕੰਮ ਕਰਿਆ ਜਦੋਂ ਮੈਂ ਇੱਥੋਂ ਘਰੇ ਗਿਆ ਸਿਆਣੇ ਕਹਿੰਦੇ ਆ ਦਿਵਾਲੀ ਵਾਲੇ ਦਿਨ ਜੂੜਾ ਖੇਡਣਾ ਚਾਹੀਦਾ ਅੱਛਾ ਹਾਂ ਪਤਾ ਨੀ ਮੁੱਢ ਤਾਂ ਚੱਲੀ ਆਈ ਹੈ ਗੱਲ ਵੀ ਦਿਵਾਲੀ ਵਾਲੇ ਦਿਨ ਜੂੜਾ ਖੇਡੋ ਚਾਚਾ 8000 ਮੈਂ ਜੂੜੇ ਚੜ ਗਿਆ ਮੇਰਾ ਚਾਲਾ ਤੇਰਾ ਬੇੜਾ ਭਏ ਤੇਰਾ ਮੇਰਾ ਸਾਲਿਆ ਮੇਰਾ 8000 ਹਾਰ ਗਿਆ ਉਹ ਜਿੱਤਣ ਤੇ ਮੈਂ ਕਿਹਾ ਜਿੱਤੂ ਮੇਰਾ ਚਾਲਾ ਜਿੱਤਿਆ ਨਹੀਂ ਗਿਆ ਪਤਾ ਮੈਨੂੰ ਤੇਰੀ ਕਰਤੂਤ ਹੈ ਫਿਰ ਮੁਰਗਾ ਲੈ ਕੇ ਆਉਂਗਾ ਫਿਰ ਬਥੇਰਾ ਕੁਝ ਕਰਾਂਗਾ ਮੁਰਗਾ ਵੀ ਕਹਦਾ ਚਾਚਾ ਝੂਠੀ ਮੁਰਗਾ ਵੀ ਕਹਦਾ ਬਹੁਤ ਜਾਂਤਰੇ ਦੀ ਪੀਲੀ ਗੱਲ ਸੁਣ ਲੈ ਮੇਰੀ ਜਿੱਟ ਬੇੜਾ ਤੂੰ ਮੈਨੂੰ ਦੇ ਸ਼ਾਬਾਸ਼ ਮੈਂ ਚਾਚਾ ਜੂੜਾ ਖੇਡਣਾ ਸਿੱਖ ਗਿਆ ਅੱਛਾ ਚਾਚਾ ਮੇਰੇ ਸਾਲੇ ਬਾਲੇ ਚਗਾੜੀ ਆਹੋ ਜੂੜੇ ਵਾਲੇ ਜਦੋਂ ਮੈਂ ਪੈਸੇ ਲੈ ਕੇ ਪਹੁੰਚਿਆ ਮੈਂ ਤਾਂ ਚਾਚਾ 2 ਬਾਜ਼ੀਆਂ 'ਚ 50000 ਜਿੱਤ ਗਿਆ ਬੱਲੇ ਹੋਰ 2 ਬਾਜ਼ੀਆਂ ਮੇਰੇ ਸਾਲੇ ਨੇ ਮੈਨੂੰ ਜਿਤਾਤਾ ਉਦੋਂ ਅਗਲੀਆਂ ਬਾਜ਼ੀਆਂ ਸਾਰੇ ਪੈਸੇ ਹਰ ਗਏ 8 ਮੈਂ ਤੇਰੇ ਵਾਲਿਆਂ 'ਚੋਂ ਹਰ ਗਿਆ 8 ਮੈਂ ਕਿਸੇ ਤੋਂ ਹੋਰ ਭਰ ਕੇ ਹਰ ਗਿਆ ਚਾਚਾ ਮੈਂ ਰਗੜਿਆ ਗਿਆ ਚਾਚਾ ਪਾ ਤੇਰਾ ਬੇੜਾ ਬਈ 16000 ਆ ਰਿਹਾ ਹੈ ਚਾਚਾ 16000 ਚ ਮੇਰੀ ਗੱਲ ਸੁਣ ਤਕਨੀਕ ਵੀ ਕਿੰਨੀ ਚੱਕ ਗਿਆ ਹਾਂ 10 ਲੱਖ ਰੁਪਈਆ ਤਿਆਰ ਕਰ ਚਾਚਾ ਜੀ ਆਪਾਂ ਜੂੜਾ ਖੇਡਦੇ ਆ ਪਹਿਲਾਂ 2 ਬਾਜ਼ੀਆਂ ਚ ਆਪਾਂ ਨੂੰ ਜਿਤਾਉਣਗੇ ਆਪਾਂ ਜਿੱਤ ਕੇ ਤੇ ਆ ਜਾਾਂਗੇ ਬਸ ਕਰ ਤੇਰੇ ਵਰਗਾ ਨਹੀਂ ਹੈਗਾ ਮੈਂ ਠੀਕ ਹਾਂ ਚਾਚਾ ਨਾਲੇ ਤਾਂ ਤੈਨੂੰ ਸ਼ਕੀਮ ਦਾ ਮੈਂ ਫਿਰ 1 ਮਿੰਟ ਮੇਰੀ ਗੱਲ ਸੁਣ ਜੇ 16000 ਤੂੰ ਹਾਰਿਆ ਆ ਨਹੀਂ ਤੂੰ ਬਾਅਦ ਚ ਵੀ ਤੂੰ ਮੁਰਗੇ ਸੁਰਕੇ ਚੱਲੇ ਹੋਣਗੇ ਹਨਾ ਚਾ ਮੇਰੇ ਕੋਲੇ 2000 ਰੁਪਇਆ ਸੀ 500 ਦਾ ਮੈਂ ਚਾਚਾ ਇੱਕ ਮੁਰਗਾ ਲੈ ਲਿਆ ਇੱਕ ਬੋਤਲ ਲੈ ਲਈ 500 ਮੇਰਾ ਉਧਰ ਫਿਨਿਸ਼ ਹੋ ਗਿਆ ਅੱਛਾ 1000 ਰੁਪਇਆ ਮੈਂ ਆਪਣੇ ਪਿੰਡ ਚੋਂ ਪੇਟੀਐਮ ਆਪਦੀ ਭੂਟੋ ਸ਼ਾਲੀ ਚੋਂ ਕਰਾਤਾ ਮਗਰ ਬਚਾ 500 200 ਰੁਪਇਆ ਦਾ ਮੈਂ ਲੈ ਚੱਲਮ ਚੱਲਾ ਹੋਰ ਕਾ ਪੀ ਕੇ 300 ਬਚਿਆ ਉਹ ਮੈਂ ਘਰ ਵਾਲੀ ਨੂੰ ਦੇਤਾ ਚਾਚਾ ਅਸੀਂ ਪੂਜਾ ਕਰੀ ਚਾਚਾ ਹੁਣ ਸੁਣ ਸਵਾਦ ਲੈ ਕੇ ਦੌੜ ਚਾਚਾ ਅਸੀਂ ਪੂਜਾ ਕਰੀ ਉਹ ਤੁਸੀਂ ਦੀਵਾਲੀ ਦੇ ਪਟਾਕੇ ਗਲੀ 'ਚ ਚਲਾਓ ਜਾ ਕੇ ਚਲਾ ਲਓ ਮੈਂ ਨਹੀਂ ਕੁਛ ਕਹਿੰਦਾ ਬੜੇ ਦਿਨਾਂ ਦਾ ਦੇਣ ਹੈ ਆਹੋ ਕਿੱਧਰੋਂ ਜਾ ਆਈਆਂ ਮੈਂ ਤਾਂ ਆਪਣੇ ਬਾਬਿਆਂ ਦੇ ਜੀ ਦੀਵੇ ਲਾ ਕੇ ਆਈਆਂ ਨਾਲੇ ਗੁਰਦੁਆਰੇ ਨਾਲੇ ਆਪਣੀ ਜੰਡੀ ਤੇ ਨਾਲੇ ਰੂੜੀ ਤੇ ਰੂੜੀ ਤੇ ਮੇਰੇ ਸਾਲੇ ਦੀ ਹੋਰ ਨਾ ਮਚਾ ਦੀ ਤੂੰ ਹਾਂ ਹੋਰ ਸੁਣਾ ਕਿਵੇਂ ਆ ਮੈਂ ਤਾਂ ਠੀਕ ਆ ਜੀ ਤੁਸੀਂ ਦੱਸੋ ਬਾਲੇ ਵਧੀਆ ਗੱਲ ਸੁਣ ਜਵਾਕ ਚਰਾ ਰਹੇ ਆ ਬਾਹਰ ਪਟਾਕੇ ਆਪਾਂ ਚਲਾਉਣੇ ਆ ਘਰੇ ਹਾਂ ਆਪਾਂ ਵੀ ਚਲਾਵਾਂਗੇ ਚਲਿਆ ਮੈਂ ਕਿ ਬੇਫਿਕਰ ਹੈ ਮੈਂ ਗੰਡੂ ਪਟਾਕੇ ਵੀ ਲਿਆਂਦੇ ਆ ਕੁੱਕੜ ਮਾਰ ਕੇ ਵੀ ਲਿਆਂਦੇ ਆ ਮੇਰੇ ਛਲੇ 200 ਰੁਪਏ ਦੇ ਲਿਆ 4 ਰੁਪਏ ਕੱਲੇ ਕੱਲੇ ਨੂੰ ਅੱਗ ਲਾਵਾਂਗੇ ਠਿਆ ਠੀਕ ਹੈ ਫੁੱਲ ਚੜੀਆਂ ਵੀ ਲਿਆਂਦੀਆਂ ਸਾਰਾ ਕੁਛ ਲਿਆ ਤੇਰੇ ਤੇ 2 ਡੱਬੀਆਂ ਫੁੱਲ ਚੜੀਆਂ ਦੀਆਂ ਮੈਂ ਲਿਆ ਠੀਕ ਹੈ ਠੀਕ ਹੈ ਜੀ ਅੱਛਾ ਗੱਲ ਸੁਣ ਮੇਰੀ ਹਾਂਜੀ ਵੀ ਬੱਬੂ ਆਈ ਸੀ ਹਾਂ
ਮੈਨੂੰ ਕਹਿੰਦੀ ਕੇਲਿਆ ਤੇਰਾ ਰਹਿੰਦਾ ਹੱਥ ਤੰਗ। ਮੈਂ ਕਿਹਾ ਵੀ ਤੰਗ ਰਹਿੰਦਾ ਪੈਸਾ ਖੜਦਾ ਨੀ ਭੂਆ। ਸਹੀ ਗੱਲ। ਮੈਨੂੰ ਕਹਿੰਦੀ ਜਿਹੜਾ ਸਿਆਣਾ ਬੰਦਾ ਜਦੋਂ ਦੀਵਾਲੀ ਵਾਲਾ ਦਿਨ ਹੁੰਦਾ ਰਾਤ ਨੂੰ ਗੇਟ ਖੁੱਲਾ ਛੱਡਣਾ। ਹਾਂ, ਜਿੰਨੇ ਤੁਹਾਡੇ ਟਰੰਕ ਆ, ਰਸੋਈ ਆ, ਜਿੰਨਾ ਵੀ ਕੁਛ ਆ ਸਭ ਨੂੰ ਖੋਲ ਦੇਣਾ। ਤੁਹਾਡੇ ਘਰੇ ਮਾਤਾ ਲਕਸ਼ਮੀ ਆਊਗੀ ਤੇ ਕਿਸੇ ਚੀਜ਼ ਦੀ ਘਾਟ ਨੀ ਰਹਿੰਦੀ, ਪੈਸਾ ਵਾਧੂ ਜੁੜੂ। ਇਹ ਮਾਂ ਲਕਸ਼ਮੀ ਸਾਡੇ ਘਰੇ ਐਤਕੀ ਜ਼ਰੂਰ ਗੇੜਾ ਮਾਰੀ, ਕਿਰਪਾ ਕਰੀ ਮਾਂ ਲਕਸ਼ਮੀ ਆਈ ਜ਼ਰੂਰ। ਨਾ ਤਾਂ ਗੇਟ ਲਾਉਣਾ, ਟਰੰਕ ਵੀ ਖੋਲ ਦੇ, ਜਿੰਨਾ ਨਿਕਲ ਸੁੱਕੜਾ ਸਾਰਾ ਖੋਲ ਦੇ, ਰਸੋਈ ਵੀ ਖੋਲ ਦੇ। ਹਾਂ, ਇੱਕ ਗੱਲ ਮੈਂ ਹੋਰ ਕਹਿੰਦੀ ਸੀ, ਇਹ ਗੱਲ ਸੱਚੀ ਆ, ਜਿਹੜੇ ਬਾਹਮਣ ਬਾਣੀਏ ਨੇ ਪੂਜਾ ਕਰਦੇ ਨੇ ਦਰਵਾਜ਼ੇ ਖੁੱਲੇ ਰੱਖਦੇ ਆ। ਆਪਾਂ ਵੀ ਬੰਦ ਨਹੀਂ ਕਰਨੇ, ਲਕਸ਼ਮੀ ਆਪਣੇ ਘਰੇ ਲਾਜ਼ਮੀ ਗੇੜਾ ਮਾਰੂ। ਹਾਂ, ਠੀਕ ਹੈ। ਤੇ ਮੈਂ ਪਕੌੜੇ ਬਣਾਏ ਨੇ ਲੈ ਕੇ ਆਵਾਂ? ਲੈ ਕੇ ਆ, ਨਾਲੇ ਮੇਰੇ ਅੱਜ ਤਾਂ ਬੋਤਲ ਪਈਆ ਚੱਕ ਕੇ ਲਿਆ। ਅੱਜ ਜਿੰਨੀ ਮਰਜ਼ੀ ਪੀ ਲਓ, ਅੱਜ ਨਹੀਂ ਕੁਛ ਕਹਿੰਦੀ, ਅੱਜ ਤਿਉਹਾਰ ਦਾ ਦਿਨ। ਠੀਕ ਹੈ, ਨਾਲੇ ਅੱਜ ਨਾ ਮੈਂ ਆਂਡੇ ਨਾਲ ਪੈਗ ਲਾਉਂਗਾ, ਆਂਡੇ ਨਾਲ ਚੱਕ ਲਿਆ। ਮੇਰੇ ਚਾਲੀ ਦੀ ਕੁਛ ਵੀ ਫਿਰਦੀ ਆ ਯਾ। ਤੈਨੂੰ ਤਾਈ ਅੰਬੋ ਆ ਗਈ, ਕਹਿੰਦੀ ਅੱਜ ਦੇ ਜਿਹੜੇ ਦੀਵਾਲੀ ਵਾਲੇ ਦਿਨ ਗੇਟ ਖੁੱਲੇ ਰੱਖਣੇ ਚਾਹੀਦੇ ਆ। ਅੱਛਾ, ਕਹਿੰਦੇ ਲਕਸ਼ਮੀ ਘਰੇ ਆਉਂਦੀ ਆ ਚਾਚਾ। ਮੇਰੇ ਜਵਾਬ ਕਹਿੰਦੇ ਖੜਕਾ ਹੋ ਰਿਹਾ, ਮੈਂ ਕਿਹਾ ਚੁੱਪ ਕਰ ਜੋ ਸਾਲਿਓ, ਲਕਸ਼ਮੀ ਆ ਗਈ ਘਰੇ। ਉੱਠ ਕੇ ਹੋਣਗੇ ਉਹ? ਹਾਂ, ਉੱਠ ਕੇ ਖੜਕਾ ਹੋ ਗਿਆ। ਮੈਂ ਕਿਹਾ ਲਕਸ਼ਮੀ ਆਪਣੀ ਰਸੋਈ ਚ ਗੇੜਾ ਕੱਢ ਰਹੀ ਹੈ। ਉਦੋਂ ਬਾਅਦ ਚ ਲਕਸ਼ਮੀ ਆ ਗਈ ਸਾਡੇ ਕਮਰੇ ਚ। ਅੱਛਾ, ਜਵਾਕ ਬੋਲਣ ਲੱਗੇ, ਜਵਾਕ ਘੜੇ। ਮੈਂ ਕਿਹਾ ਮੇਰੇ ਸਾਲੇ ਚੁੱਪ ਕਰ ਜੋ, ਘਰ ਵਾਲੀ ਨੂੰ ਵੀ ਘੜਿਆ। ਮੈਂ ਕਿਹਾ ਲਕਸ਼ਮੀ ਆਪਣੇ ਘਰੇ ਆਈ ਹੈ, ਆਪਣੇ ਘਰ ਦਾ ਦੌਰਾ ਕਰ ਰਹੀ ਹੈ, ਬੋਲੋ ਨਾ। ਹੋਰ ਲਕਸ਼ਮੀ ਆਈ ਹੈ? ਹਾਂ, ਉਹਦਾ ਚਾਚਾ ਮੇਰੇ ਸਾਲੇ ਦਾ ਸਾਰਾ ਸਮਾਨ ਇਕੱਠਾ ਕਰਕੇ ਅੱਛਾ ਬਹਿ ਬਹਿ ਕੇ ਨਿਕਲ ਗਏ। ਚੋਰ ਸੀ ਲਕਸ਼ਮੀ, ਕਹੋ ਚੋਰ ਸੀ ਮੇਰੇ ਸਾਲੇ। ਅੱਛਾ, ਚਿੱਟੇ ਵਾਲੇ। ਹੋਰ ਤੇਰਾ ਬੇੜਾ। ਹੋਰ ਸੁਣਨਾ, ਇੰਨੀ ਸਾਰੀ ਬਰਫੀ ਪਈ ਸੀ, ਮੱਠੀਆਂ ਮਿਲਾਈਆਂ ਹੋਣਗੀਆਂ, ਮੱਠੀਆਂ ਗੁਲਗੁਲੇ ਸਾਰਾ ਕੁਝ ਪਿਆ ਸੀ। ਉਹ ਚਾਚਾ ਕੁੱਤੀ ਆਈ ਮੇਰੇ ਸਾਲੇ ਦੀ, ਉਹ ਲੈ ਗਈ ਚਾਚਾ, ਅਸੀਂ ਤਾਂ ਰਗੜੇ ਗਏ ਚਾਚਾ ਸੇ। ਅੱਛਾ ਜੀ, ਬਾਲੀ ਪੈਰੀ ਹੋਈ ਮੇਰੇ ਸਾਲੇ ਨੇ, ਜਿਹਨੇ ਇਹ ਕਿਹਾ ਨਾ ਮੈਨੂੰ ਤਾਈ ਅੰਬੋ ਦੀਆਂ ਜੀ ਕਰਦਾ ਲੱਤਾਂ ਭੰਨ ਦਿਆ ਮੇਰੇ ਸਾਲੇ ਦੀ, ਕਹਿੰਦੀ ਲਕਸ਼ਮੀ ਆਊ, ਲਕਸ਼ਮੀ ਕਾਹਦੀ ਹੋਣੀ ਚਾਹੀਦੀ ਤਾਂ ਪੱਟੇ ਗਏ ਚਾਚਾ। ਅੱਛਾ ਜੀ, ਉਹਦਾ ਠੀਕ ਆ, ਮੇਰਾ ਸਾਲਾ ਤਾਂ ਫੁਕਰਬਾਜੀ ਨੇ ਬੜਾ ਮਾਰ ਲਿਆ। ਗੱਲ ਪਤਾ ਕੀ ਹੈ, ਪਹਿਲਾਂ ਤੂੰ ਦੇਖ, 16,000 17,000 ਰੁਪਏ ਤਾਂ ਕੱਲ੍ਹ ਦੀਵਾਲੀ ਦੇ ਡਾਤਾ, ਇਹਦਾ ਜੂੜਾ ਖੇਡਣ ਨੂੰ ਦੱਸ ਤੂੰ ਕਿੱਧਰੋਂ ਮਹਾਰਾਜਾ ਪਟਿਆਲਾ ਹੈ, ਰੰਗ ਦਾ ਬੰਦਾ ਤੂੰ ਯਾਰ। ਚਾਚਾ ਮੈਨੂੰ ਐ ਸੀ, ਜੇ ਮੈਂ ਜਿੱਤ ਜਾਂਦਾ ਤੂੰ ਮੈਨੂੰ ਸ਼ਾਬਾਸ਼ ਦੇਣੀ ਸੀ ਚਾਚਾ। ਫਿਰ ਮੇਰੀ ਗੱਲ ਸੁਣੋ, ਤੈਨੂੰ ਮੈਂ ਖੇਤ ਖੂਤ ਸਾਰੇ ਦੀਵੇ ਲਾਇਆ ਸੀਗਾ, ਲਾਇਆ ਸੀ ਦੋ ਪਾਸੇ ਡੰਗਰ ਪਸ਼ੂ ਵਾਲੇ ਦੇ ਘਰੇ ਦੀਵੇ ਲਾਉਣ ਨੂੰ ਕਹਿੰਦੇ ਲਾਤੇ ਸੀ ਤਾਂ ਹੋਰ ਮੈਂ ਇਹਨੇ ਚਾਚਾ ਮੋਟਰਾਂ ਤੇ ਦੋਨਾਂ ਤੇ ਲਾ ਕੇ ਆਇਆ ਦੀਵੇ, ਐਨ ਸ਼ਾਪ ਸ਼ੂਪ ਕਰਕੇ। ਉਦੋਂ ਬਾਅਦ ਚ ਆਪਣੇ ਸਾਰੇ ਕੋਠੇ ਤੇ ਇੱਧਰ ਲਾ ਕੇ ਨਰਮੇ ਵਾਲੇ ਅੰਦਰ ਵੀ ਦੀਵਾ ਲਾਤਾ ਸੀ। ਅੱਛਾ, ਹਾਂ ਨਰਮੇ ਅੰਦਰ ਦੀਵਾ ਲਾਤਾ ਸੀ ਚਾਚਾ, ਨਾ ਕਮਰੇ ਦੇ ਵਿੱਚ ਲਾਤਾ ਦੀਵਾ। ਚਾਚਾ ਮੇਰਾ ਸਾਲ ਤਾਂ ਮਚਾਤਾ। ਬਹਿ ਜਾ ਬਹਿ ਜਾ ਚਾਚਾ, ਬਹਿ ਜਾ ਮੇਰੇ ਸਾਲੇ ਦੇ ਕੁਰਸੀ ਤੇ, ਬਹਿ ਜਾ ਬਹਿ ਜਾ ਬਹਿ ਜਾ ਚਾਚਾ। ਉਹ ਬਾਹਰ ਲਾਇਆ ਚਾਚਾ, ਇੰਨਾ ਤਾਂ ਮੈਨੂੰ ਪਤਾ ਤੇਰਾ ਭਤੀਜਾ, ਤੇਰੇ ਤਾਂ ਸਿੱਖਿਆ ਚਾਚਾ ਸੇ, ਇੰਨਾ ਤਾਂ ਠੀਕ ਹੈ। 6 ਫੇਰ 6 ਤੇ ਮੈਂ ਦੀਵਾ ਲਾਇਆ, ਬੇਫਿਕਰ ਨਰਮਾ ਜੇ ਮੈਂ 6 ਹੈ ਚਾਚਾ। ਡਰਨਾ ਚਾਚਾ, ਅੱਜ ਤੇਰੇ ਪੁੱਤ ਦੀ ਗੱਲ ਮੰਨ ਲੈ। ਅੱਛਾ, ਜੇ ਤੇਰੇ ਕੋਲੇ 10 ਲੱਖ ਰੁਪਈਆ ਬਣਾਇਆ, 40 ਲੱਖ ਰੁਪਈਆ ਕਰ ਦਿੰਦੇ ਆ ਚਾਚਾ। ਚਾਚਾ ਮੰਨ, ਜੀਰੀ ਦਾ ਮਸਾ ਪੈਸੇ ਆਏ ਨੇਗੇ ਮੂਰੇ ਕਹਾ ਕੁਛ। ਗੱਲ ਤਾਂ ਛੱਡ, 4 ਫੁੱਟ ਜ਼ਮੀਨ ਦੇ ਦਿੱਤਾ ਛੱਡ ਲੈ। ਆਪਾਂ ਜਾਵਾਂਗੇ, 2 ਬਾਜ਼ੀਆਂ ਜਿਤਾਉਣੀਆਂ ਉਹਨਾਂ ਨੇ, ਦੋਨੇ ਬਾਜ਼ੀਆਂ ਚ ਆਪਾਂ ਜਿੱਤੇ, ਚੱਪ ਕਰਕੇ ਮੈਂ ਕਹੂੰ ਚਾਚਾ ਚਲੀਏ ਘਰ ਨੂੰ, ਆਪਾਂ ਘਰ ਨੂੰ ਤੁਰਿਆ। 10 ਲੱਖ ਦਾ ਜੂਲਾ ਖੇਡ ਕੇ ਆਵਾਂ ਤੇਰੇ ਘਰ। ਚਾਚਾ ਮੇਰੀ ਗੱਲ ਛੱਡ, 40 ਲੱਖ ਰੁਪਈਆ ਚਾਚਾ ਮੇਰੇ ਛੜੇ ਦੀ, ਆਪਾਂ ਤਾਂ ਨਵੇਂ ਮਾਡਲ ਦੀ ਫੋਰਚੂਨਰ ਖੜਾ ਕੇ ਲਿਆਵਾਂਗੇ। ਦੇਖ ਲੈ ਚਾਚਾ, ਇਹ ਮੌਕਾ ਜੇ ਹੱਥੋਂ ਕੱਢਣਾ ਕਰ ਦੇ, ਜੇ ਨਹੀਂ ਐਂ ਕਿਵੇਂ ਹਾਰ ਗਏ, ਤੇਰਾ ਪੁੱਤ ਬੈਠਾ ਰੁਪਇਆ ਹਾਰਿਆ ਸੀ, 40 ਲੱਖ ਜਿੱਤ ਕੇ ਲਿਆਉਂ ਚਾਚਾ ਸਿਓ ਵਾਲੇ ਪੈਸਿਆਂ ਨਾਲ। ਚਾਚਾ ਸਿਓ ਮੈਨੂੰ ਪਿਆਰ ਕਰਦਾ, 10 ਲੱਖ ਰੁਪਈਆ ਲੈ ਕੇ ਜਾਊਗਾ। ਚਾਚਾ ਸਿਓ ਲਿਫਾਫੇ 'ਚ ਪਾ ਲਿਆ, ਓਏ ਅੱਜ ਕੱਲ੍ਹ ਮੇਰੇ ਛਲੇ ਲਟੇਰੇ ਬਹੁਤ ਫਿਰਦੇ ਆ। ਮਰਦਾ ਬੱਲੂ ਖੱਫਣ ਪਾੜੂ ਚਾਚਾ ਸਿਆ, ਜਿੱਤ ਕੇ ਆਵਾਂਗੇ, ਮੈਂ ਨਾ ਜਿੱਤ ਦਾ ਨਿਸ਼ਾਨੀ ਹੋਣੀ ਚਾਹੀਦੀ। ਆ ਜਾ ਚਾਚਾ, 3 ਕਿੱਲੇ ਹੋਰ ਆ ਜਾਣਗੇ ਜ਼ਮੀਨ ਦੇ ਚਾਚਾ। 3-10 ਲੱਖ ਦਾ ਰੇਟ ਚੱਲਦਾ,
40 ਲੱਖ ਰੁਪਇਆ 10 ਦਾ ਆਪਣਾ ਜਮਾ ਹੋ ਜੂ ਤੇ 30 ਲੱਖ ਦੇ 3 ਕਿੱਲੇ ਪੱਟ ਤੇ ਪਏ ਆ ਹਾਂ ਅਮਨੇ ਚੇਅਰਮੈਨ ਕਿਹਾਲੇ ਖਰੀਦਾਂਗੇ ਨਾਲ ਆਏ ਟਰੈਕਟਰ ਚਲਾਇਆ ਕਰੂ ਚਾਚਾ ਸਿਰ ਚਤਨਾ ਸਾਲਾ ਘਉਂ ਵੀ ਕਰਦਾ ਐ ਲੱਗਦਾ ਵੀ ਜੇ ਤਾਂ 40 ਲੱਖ ਬਣ ਗਿਆ ਹਾਂ ਫਿਰ ਤਾਂ ਨਜ਼ਾਰਾ ਆ ਜੂ ਜੇ ਕਿਤੇ ਮੇਰਾ ਸਾਲਾ ਹਾਰ ਕਿਤੇ ਨਾ ਹਾਰਦੇ ਨਹੀਂ ਨੰਨਾ ਪਾਉ ਜਟਵੈਰ ਨੰਨਾ ਪਾਉ ਓ ਚੰਗਾ ਯਾਰ ਅਮਨੇ ਚੇਅਰਮੈਨ ਦੇ 3 ਕਿੱਲੇ ਖਰੀਦਾਂਗੇ ਕੱਲ ਨੂੰ ਤਿਆਰੀ ਕਰ ਲੈ ਹਾਰ ਕੇ ਤੇਰੇ ਗੋਲ ਵੜ ਦੂੰ ਤੇਰਾ ਦੇਖ ਲੈ ਚਾਚਾ એનર્ਜੀ ਡਾਊਨ ਨਾ ਕਰ ਜੀ ਗੱਡੀ ਮੈਂ ਚਲਾਉਂ ਚਾਚਾ ਗੱਡੀ ਮੈਂ ਚਲਾਉਂ ਮੈਂ ਚਲਾਉਂਗਾ ਗੱਡੀ ਓਏ ਚਾਚਾ ਮੈਂ ਚਲਾਉਂ ਚੰਗੇ ਕੰਮ ਚੱਲਿਆ ਮੈਨੂੰ ਚਲਾ ਓ ਯਾਰ ਤੂੰ ਬਹਿ ਜਾ ਬਾਈ ਓ ਹੈਲੋ ਮੈਨੂੰ ਚਲਾ ਲੈਣ ਦੇ ਠੀਕ ਹੈ ਨਾ ਮੇਰੀ ਕਸਮ ਜਿੱਤ ਕੇ ਆਵਾਂਗੇ ਓਏ ਟਰੈਕਟਰ ਤੇ ਗੱਡੀ ਚਲਾਉਣ 'ਚ ਬਹੁਤ ਫਰਕ ਹੁੰਦਾ ਟਰੈਕਟਰ ਓ ਮੈਂ ਜਹਾਜ਼ ਚਲਾ ਲਿਆ ਕਿੱਡੀ ਕੀ ਗੱਲ ਹੈ ਲੋਹਾ ਹੀ ਐ ਵੀ ਫਿਰ ਮੈਂ ਜੇ ਵਿੱਚ ਵਿੱਚ ਮਾਰੀ ਤੇਰੇ ਬਹਿ ਜਾ ਚਾਚਾ ਤੂੰ ਬਹਿ ਜਾ ਸ਼ਾਂਤੀ ਨਾਲ ਬਹਿ ਜਾ ਮੈਂ ਚਲਾ ਰਿਹਾ ਠੀਕ ਹੈ ਨਾ ਚੱਲ ਚੱਲ ਗਏ ਮੈਂ ਚਲਾ ਰਿਹਾ ਤੈਨੂੰ ਚੰਗਾ ਲੱਗ ਗਿਆ ਪਤਾ ਤੈਨੂੰ शीशे कादे लाए जटवेड़ा शीशे कादे लाए पिछे देख ले चाचा मेनू चला लैन दे तू आई तेंतु परंतु कर रहे कर मैं चला रहा चाचा मैं चला रहा ढोल बजा इत जूला चल रहा है सीक्रेट गल पुलिस तो चोरी गल चाचा चाचा इथे ही है बड़े बंदे बैठे है ठीक है ना आ जा आ जा किरा ठीक है ना घबराने की लोड़ नहीं चाचा सिया मैं तेरे नाल है ठीक है ना बे ठीक है दो हेलो हाँ चाचा दो ही लावांगे हुण तीजी लग दे मैनू कहीं कोई तू तो सिख नहीं करना तू सिख गया चाचा तू सिख गया चुप करके अंदर बढ़ चल दो बाजियां ला के 40 लाख बट के आ जाना मैनू तीजी नू ना कहीं ठीक है लालच नहीं करना तीजी नू नहीं कहंदा अमने चेयरमैन दे 3 किल्ले बारे सोच केड़े लेनी बढ़ जा अंदर किरे चुप करके छज्जा पैर अंदर हाँ चाचा रगड़ देने अज चाचा चाचा बेफिक्र मैं तेरे नाल है चाचा घबरा क्यों रहा तू आ जा हुण चल चाचा काली दे टोए नहीं मचाई दे हुंदे मैं तो नंग लगते नहीं यार ये कीड़े नहीं ये देखने में नंग लग रहे है बंदे सेंसिटिव है चाचा ठीक है ना ਤਾਂ ਮੀਟ ਮੂਟ ਪੂਰਾ ਚੱਲੀ ਜਾਂਦਾ ਕੰਮ ਹੋਏ ਦਾਰੂ ਦੁਰੂ ਚਾਚਾ ਇੰਨਾ ਕੰਮਾਂ 'ਚ ਇਹ ਕੰਮ ਚੱਲਦਾ ਅੱਛਾ ਤੂੰ ਨਾ ਲਾਉਣ ਲੱਗ ਗਈ ਮੈਂ ਕਹਦਾ ਲਾਉਂ ਚਾਚਾ ਜਦੋਂ ਪੈ ਚਿੱਤਲੇ ਹਾਂ ਚਿੱਤਲ ਤੋਂ ਬਾਹਰ ਉਹਦੀ ਕਸ਼ਕਸ਼ੀ ਪਾ ਤੂੰ ਨਾ ਲਾਉਣ ਲੱਗ ਦੋ ਬਾਜੀ ਦੋ ਬਾਜੀ ਘਰੇ ਜਾ ਕੇ ਨਹੀਂ ਫਿਕਰੇ ਚਾਚਾ ਕੁਝ ਇਹ ਇੱਥੇ ਗਾਲਾਂ ਨਾ ਕੱਢੀ ਇਹਨਾਂ ਨੂੰ ਲੱਗੇ ਵੀ ਮੈਂ ਵੀ ਸ਼ਰਤ ਹੈ ਆਜੋ ਆ ਗਏ ਛਾਚਰੀ ਗੱਲ ਬਾਬੂ ਜੀ ਮੇਰੇ ਚਾਚਾ ਜੀ ਅੱਛਾ ਪਾਨਾ ਸਿੰਘ ਜਿੱਦੂ ਠੀਕ ਹੈ ਹਾਂ ਬੈਠੋ ਚਾਚਾ ਜੀ ਪਲੀਜ਼ ਪਲੀਜ਼ ਬੈਠੋ ਹਾਂ अच्छा असि बाजियां लाउण आए हैं ठीक है जी हैं हां ते असि बड़ी रकम लेके आए 10 लाख थोड़े कोले किन्ने है थोड़े कोल किन्ने पैसे है उस्ताद ना करो गल ओ इन्ना कोले अपने जिन्ने नहीं होने 10 लाख साडे कोल दा 10 लाख हां कोल के बैग दिखाओ इधर आ पया साडे लेवे चक है जे चाचा है गए 2000 दे पैसे है गए यकीन है यकीन है ओ खड़ जा ओ मैं पा लूंगा अभी पैग लाना जरूरी होंगे इन्हों लगे भी बंदे ठंडे बरते हैं जो पैग ना लाया इन्हों लगू भी मेरे छड़े नवे है पैग लाना जरूरी खड़ जा मेरा साल अपना एक ला लेने फिर इन्हों प्रभाव जहा पैजूगा चाचा पा दे चलो भाई शुरू करो यार हाँ चलो चलो शुरू करो यार हाँ इन्हों पता होंगे तेरे डरे डरे तेरे डरे ओए ओ चाचा कुछ नहीं होता ओ तेरा चुप कर तू मेरा चुप आ भाई बाजी ऐसी दो ही लाउनी है ना यार दो ही ला मैं ओ रुपया ऐसी 10 लाख लेना तू इधर बैठ मैं इधर बैठू ठीक है ना चप्पार कत्ते भाई ओ नहीं मैं 10 रुपया ऐसी फिर चले हैं भाई ठीक है ना रुपया 10 लाख चाचा मैं बैठ चाचा बेफिक्र है चलो भाई पाओ करा बंटो करा हां करो बंटो
चाचा निगाह रखी हीरा फेरी जी बी ठीक है सामने तू बढ़ना ना ना बंड बंड यकीन है चक्की चाचा चक्का चाचा तो हाथ ला दे चाचा मेरा जाप पवित्र हाथ ला दे चाचा पवित्र हाथ ला दे डेरे 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 डिंग डिंग डा 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 चाचा चाचा चुप कर चाचा हाँ जी अपना 5 लाख रुपये अपना पहना हाँ कंजरी जी आलू टोक दे किसर अच्छा भी पांच पहना ते असी 5 लाख दी चार आ गए चल तेरी बारी है पांच दी है मेरी भी हाँ पैसे चल चल कर 5 लाख आ गए चाचा हाँ चल चल गया तू तो भज जा करा हाँ भाई चल करा हाँ खड़ 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 की हो गया जित गया फिर तो भज गया मिल गया हाँ 5 वोट हो गए चाचा टेंशन एक जका अपने को बेगिया की दिशर दूजा जका नहीं हो सकता ले भाई ए दूजी बेगी चाचा टेंशन क्यों लेने दो जके अपने को बेगिया की तेसर है आप जितते पे तीजा जका नहीं हो सकता ये कोई पक्का हाँ हाँ वोट हो गए नहरा चाचा नहरा ठोक दे चाचा चाचा तेन रूल एंड रेगुलेशन का पता नहीं मैं खेड रहा चाचा तू बेफिक्र है हर पलना भी चल जट बैठ हर फल जाए जो तो मतलब चाचा शांति रख आप जितते पाए चाचा चाचा टेंशन ले तू चुप कर मेरा चल बिच बोलू ठीक है ना हेलो चाचा हार गई अपना पैसे चाचा फड़ा दे ले फड़ा नहीं 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 देने नहीं यार नहीं चाचा रूल होंदे फड़ाने पे नहीं 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 चाचा फड़ाने पे फड़ा दे चाचा ये रूल होंदे चाचा हार गए चाचा चाचा ना चाचा चाचा ओ चाचा गलती चाचा ना चाचा जब हार होंदी है झूले चाचा ना चाचा दस साला हुन की करांगे दस चाचा बेफिक्र है मैं स्कीम लाई बैठा अपने पैसे पूरे हो जाएंगे चाचा पता की गल है अगे आप सोचते हमने चेयरमैन के 3 किले ले लेंगे हूँ चाचा आप 3 किले लेंगे नहीं आप ओनू बेच के पैसे पूरे कर लेंगे